ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਨੇ ਪ੍ਰੇਮ ਭੰਗੂ ਜੀ ਇਸ ਵੇਲੇ ਮੌਜੂਦ ਨੇ, ਜੋ ਸੰਯੁਕਤ ਸਮਾਜ ਮੋਰਚਾ ਵੱਲੋਂ ਘਨੌਰ ਤੋਂ ਇਲੈਕਸ਼ਨ ਵੀ ਲੜ ਰਹੇ ਨੇ, ਤੇ ਸੰਯੁਕਤ ਸਮਾਜ ਮੋਰਚਾ ਦੇ ਬਾਰੇ ਇਹਨਾਂ ਤੋਂ ਜਾਣਾਂਗੇ ਕਿ ਜਿਹੜਾ ਚੋਣ ਨਿਸ਼ਾਨ ਦੀ ਗੱਲਬਾਤ ਚੱਲ ਰਹੀ ਸੀਗੀ, ਚੋਣ ਨਿਸ਼ਾਨ ਮਿਲੇਗਾ ਜਾਂ ਨਹੀਂ, ਉਹਦੇ ਚ ਹੁਣ ਕੀ ਨਿਕਲ ਕੇ ਆਇਆ ਤੇ ਹੁਣ ਅਗਲੀ ਰਣਨੀਤੀ ਕੀ ਹੈ? ਭੰਗੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਸਾਨੂੰ ਦੱਸੋਗੇ ਵੀ ਕੀ ਜਿਹੜਾ ਚੋਣ ਨਿਸ਼ਾਨ ਸੀਗਾ, ਵੀ 1 ਤਰੀਕ ਲਾਸਟ ਦੱਸੀ ਜਾ ਰਹੀ ਸੀਗੀ, ਹੁਣ ਤੁਹਾਡਾ ਉਹਦਾ ਕੀ ਬਣਿਆ ਜਿਹੜਾ ਅਪਲਾਈ ਕੀਤਾ ਹੋਇਆ ਸੀ? ਦੇਖੋ, ਇਸ ਤਰ੍ਹਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਰਾਹੀਂ ਮੈਂ ਧੰਨਵਾਦੀ ਹਾਂ, ਸਾਡੀ ਆਵਾਜ਼ ਤੁਸੀਂ ਆਮ ਪਬਲਿਕ ਤੱਕ ਪਹੁੰਚਾ ਰਹੇ ਹੋ। ਜੀ ਜੀ, ਮੈਂ ਬੀਜੇਪੀ ਔਰ ਆਮ ਆਦਮੀ ਪਾਰਟੀ ਇਹਨਾਂ ਦੋਵਾਂ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ। ਪਹਿਲਾਂ ਤਾਂ ਠੀਕ ਹੈ, ਇਹਨਾਂ ਦੀ ਗੇਮ ਸੀ ਜਿਹਨਾਂ ਨੇ ਬਹੁਤ ਅਨਨੈਸੈਸਰੀ ਅੜਿੱਕੇ ਲਾ ਕੇ ਸਾਡੀ ਰਜਿਸਟ੍ਰੇਸ਼ਨ ਨੂੰ ਰੋਕਿਆ ਇੱਥੋਂ, ਔਰ ਸਾਨੂੰ ਇੱਕ ਸਿੰਬਲ ਅਲਾਊਡ ਕਰਨ ਦੇ ਵਿੱਚ ਵੀ ਇਹਨਾਂ ਨੇ ਵੱਡੀ ਰੁਕਾਵਟ ਖੜੀ ਕੀਤੀ। ਠੀਕ ਹੈ ਜੀ, ਜਦੋਂ ਕਿ ਅਸੂਲ ਅਨੁਸਾਰ ਕੋਈ ਵੱਡੀ ਫਿਰ ਜਿਸ ਤਰ੍ਹਾਂ ਸਮਾਜ ਮੋਰਚਾ 117 ਸੀਟਾਂ ਦੀ ਚੋਣ ਲੜਦਾ ਹੋਵੇ ਤਾਂ ਕਾਮਨ ਸਿੰਬਲ ਅਲਾਟਮੈਂਟ ਕਰਨ ਦੇ ਵਿੱਚ ਕੋਈ ਹਿੰਡਰੈਂਸ ਹੁੰਦੀ ਨਹੀਂ। ਬਿਲਕੁਲ ਬਿਲਕੁਲ, ਪਰ ਡਿਊ ਟੂ ਸਮ ਵੈਸਟਡ ਪੋਲੀਟੀਕਲ ਇੰਟਰਸਟ, ਇਹਨਾਂ ਦਾ ਪੋਲੀਟੀਕਲ ਮੋਟਿਵ ਸੀ, ਇਹਨਾਂ ਨੇ ਉਸ ਨੂੰ ਰੋਕਿਆ। ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਮੈਂ ਤੁਹਾਡੇ ਚੈਨਲ ਲਈ ਕਹਿਣਾ ਚਾਹੁੰਦਾ ਵੀ ਹੀ ਇਜ਼ ਨੋਟ ਫੰਕਸ਼ਨਿੰਗ ਇਮਪਾਰਸ਼ਲੀ, ਉਹਦੀ ਪਾਰਸ਼ਲ ਫੰਕਸ਼ਨ ਹੈ। ਇਹਨਾਂ ਦੇ ਕਹਿਣ ਤੇ ਉਹ ਸਾਨੂੰ ਉਹਨਾਂ ਨੇ ਅੜਿੱਕੇ ਲਾ ਕੇ ਇਸ ਕੰਮ ਦੇ ਵਿੱਚ ਨਿਸ਼ਾਨ ਦੇਣ ਚ ਉਹਨਾਂ ਨੇ ਦੇਰੀ ਕੀਤੀ ਹੈ, ਔਰ ਅਜੇ ਵੀ ਕਹਿੰਦੇ ਨੇ ਕਿ ਪ੍ਰੋਸੈਸ ਇਜ ਔਨ। ਹੁਣ ਉਹ ਪ੍ਰੋਸੈਸ ਔਨ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਨੋਮੀਨੇਸ਼ਨਾਂ ਹੋ ਗਈਆਂ, ਬਿਲਕੁਲ ਕੋਈ ਫਾਇਦਾ ਨਹੀਂ। ਇਸ ਲਈ ਅਸੀਂ ਇਹ ਮੰਗ ਕਰਾਂਗੇ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਜ਼ ਵੈਲ ਐਜ਼ ਚੀਫ ਇਲੈਕਟਰਲ ਆਫਿਸ ਚੰਡੀਗੜ੍ਹ ਦਾ ਇਹ ਇੰਪਾਰਸ਼ਲ ਹੋ ਕੇ ਕੰਮ ਕਰਨ। ਕੰਸਟੀਟਿਊਸ਼ਨਲ ਬੋਡੀਜ਼ ਨੇ, ਦੇ ਆਰ ਵਰਕਿੰਗ ਅੰਡਰ ਇਨਫਲੂਐਂਸ ਆਫ ਸਟੇਟ ਗਵਰਨਮੈਂਟ, ਬੀਜੇਪੀ ਐਜ਼ ਵੈਲ ਐਜ਼ ਆਮ ਆਦਮੀ ਪਾਰਟੀ ਇਨ ਦਿੱਲੀ ਆਲਸੋ। ਨਹੀਂ, ਇਹ ਬੀਜੇਪੀ ਦਾ ਤਾਂ ਚਲੋ ਸਮਝ ਆਉਂਦਾ ਜੀ, ਵੀ ਕਿਉਂਕਿ ਸੈਂਟਰ ਦੇ ਵਿੱਚ ਨੇ ਹੋਰ ਪਾਰਟੀਆਂ ਵੀ ਉਹਨਾਂ ਤੇ ਐਲੀਗੇਸ਼ਨ ਲਾ ਦਿੰਦੀਆਂ ਨੇ ਕਿ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹਨਾਂ ਦੇ ਕਹੇ ਤੇ ਕਈ ਵਾਰ ਕਿਹਾ ਜਾਂਦਾ ਕੰਮ ਕਰਦਾ, ਐਲੀਗੇਸ਼ਨ ਲੱਗਦੇ ਨੇ, ਪਰ ਆਮ ਆਦਮੀ ਪਾਰਟੀ ਦਾ ਤੁਸੀਂ ਇਨਵੋਲਵਮੈਂਟ ਤੁਹਾਨੂੰ ਕਿਉਂ ਲੱਗ ਰਹੀ ਹੈ ਜੀ ਇਹਦੇ ਵਿੱਚ? ਨਹੀਂ ਜੀ, ਆਮ ਆਦਮੀ ਪਾਰਟੀ ਦਿੱਲੀ ਬੈਠੀ ਹੈ, ਉਹ ਸਾਰਾ ਦਿੱਲੀ ਸਰਕਾਰ ਹੈ ਉਹਨਾਂ ਦੀ। ਉਹਨਾਂ ਨੇ ਰਜਿਸਟ੍ਰੇਸ਼ਨ ਦੇ ਪ੍ਰੋਸੈਸ ਦੇ ਵੀ ਤੁਹਾਨੂੰ ਯਾਦ ਹੋਵੇ 10-15 ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਐਲੀਗੇਸ਼ਨ ਲਾਏ ਸਾਡੇ ਤੇ, ਭਾਰਤੀ ਜਨਤਾ ਪਾਰਟੀ ਸੰਯੁਕਤ ਸਮਾਜ ਮੋਰਚੇ ਦੀ ਰਜਿਸਟ੍ਰੇਸ਼ਨ ਆਊਟ ਆਫ ਦਾ ਵੇ ਜਾ ਕੇ ਕਰਵਾ ਰਹੀ ਹੈ, ਕਰ ਰਹੀ ਹੈ, ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਜੀ, ਦੈਟ ਵਾਸ ਟੋਟਲੀ ਬੇਸਲੈਸ। ਔਰ ਉਸ ਤੋਂ ਬਾਅਦ ਹੀ ਸਾਨੂੰ ਪਤਾ ਚੱਲ ਗਿਆ ਸੀ ਵੀ ਦੇ ਆਰ ਪਲੇਇੰਗ ਏ ਗੇਮ, ਅੜਿੱਕਾ ਲਾਉਣਗੇ, ਅੜਿੱਕਾ ਲਾਉਣਗੇ ਸਾਨੂੰ ਪਤਾ ਚੱਲ ਗਿਆ ਸੀ ਉਦੋਂ। ਔਰ ਉਸ ਤੋਂ ਬਾਅਦ ਅੜਿੱਕੇ ਲੱਗੇ ਉਹਨਾਂ ਨੇ, ਓਬਜੈਕਸ਼ਨ ਲਾਏ, ਅਸੀਂ ਓਬਜੈਕਸ਼ਨ ਰਿਮੂਵ ਵੀ ਕਰਤੇ, ਫਿਰ ਵੀ ਐਂਟਰਟੇਨ ਨਹੀਂ ਕੀਤਾ, ਅਸੀਂ ਕਾਮਨ ਸਿੰਬਲ ਲਈ ਐਪਲੀਕੇਸ਼ਨ ਦਿੱਤੀ ਤੇ ਉਹ ਵੀ ਡਿਸਾਈਡ ਨਹੀਂ ਹੋਣ ਦਿੱਤੇ। ਤਾਂ ਹੁਣ ਤੱਕ ਇਹ ਕਹੇ ਜਾਣਾ ਵੀ ਪ੍ਰੋਸੈਸ ਚੱਲਦਾ, ਪ੍ਰੋਸੈਸ ਚੱਲਦਾ, ਇਹ ਡਿਲੇਇੰਗ ਟੈਕਟਿਕਸ ਹੈ। ਉਹ ਚਾਹੁੰਦੇ ਸੀ ਵੀ ਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਜੇ ਇੱਕ ਸਿੰਬਲ ਮਿਲਦਾ ਬਹੁਤ ਵੱਡੀ ਲਹਿਰ ਬਣੂਗੀ, ਪਰ ਉਹਨਾਂ ਦਾ ਇਹ ਭੁਲੇਖਾ ਹੈ, ਉਹਨਾਂ ਦਾ ਇਹ ਭੁਲੇਖਾ ਹੈ, ਇਹ ਲੋਕਾਂ ਨੇ ਭੁਲੇਖਾ ਕੱਢ ਦੇਣਾ। ਜੀ ਜੀ, ਲੋਕ ਸਿੰਬਲਾਂ ਨਾਲ ਨਹੀਂ ਜਾਣ ਵਾਲੇ, ਲੋਕ ਤਾਂ ਸੰਘਰਸ਼ਾਂ ਦੇ ਨਾਲ ਖੜੇ, ਮੋਰਚੇ ਦੇ ਨਾਲ ਖੜੇ ਨੇ ਜੀ। ਪੰਗੂ ਸਾਹਿਬ, ਹੁਣ ਪਾਰਟੀ ਇਹ ਵੀ ਦੱਸੋ ਫਿਰ ਹੁਣ ਫਿਰ ਸਾਰੇ ਹੁਣ ਆਜ਼ਾਦ ਲੜੋਗੇ, ਫਿਰ ਚੋਣ ਕਿਸ ਤਰੀਕੇ ਦੇ ਨਾਲ ਕੋਈ ਵੀ ਲਾਉਂਗੇ ਜਾਂ ਕੀ ਪਲੈਨਿੰਗ ਹੈ? ਤੁਹਾਡੀ ਮੀਟਿੰਗ ਹੋਈ ਹੋਣੀ ਹੈ ਇਸ ਦੇ ਰਿਗਾਰਡਿੰਗ ਕੋਈ? ਦੇਖੋ, ਇਹ ਰਿਟਰਨਿੰਗ ਆਫਿਸਰ ਨੇ ਜਿਹੜੇ, ਉਹ ਜਦੋਂ ਇਲੈਕਸ਼ਨ ਔਨ ਹੋ ਜਾਂਦੀ ਹੈ ਸਾਰੀ ਪਾਵਰ ਉਹਨਾਂ ਕੋਲ ਹੁੰਦੀ ਹੈ। ਜੀ ਜੀ ਜੀ, ਬਿਲਕੁਲ, ਤਾਂ ਡਿਫਰੈਂਟ ਸਟੇਟਸ ਦੇ ਨਾ, ਡਿਫਰੈਂਟ ਡਿਸਟ੍ਰਿਕਟਸ ਦੇ, ਇਸ ਲਈ ਉਹਨਾਂ ਦਾ ਪ੍ਰੈਰੋਗੇਟਿਵ ਹੈ। ਠੀਕ ਹੈ, ਉਹਨਾਂ ਦਾ ਹੁਣ ਇਹ ਜਿਹੜਾ ਰਾਈਟ ਹੈ, ਉਹਨਾਂ ਦਾ ਅਧਿਕਾਰ ਖੇਤਰ ਹੈ ਵੀ ਉਹ ਸਾਨੂੰ ਕਿਹੜਾ ਸਿੰਬਲ ਲੈਂਦੇ ਨੇ, ਜਿਹੜਾ ਉਹ ਸਿੰਬਲ ਦੇਣਗੇ ਜੀ ਅਸੀਂ ਸਾਰੇ ਉਹਨਾਂ ਸਿੰਬਲਾਂ ਤੇ ਲੜਾਂਗੇ। ਮਤਲਬ ਸਾਰੇ ਸਾਰੇ ਹੋ ਸਕਦਾ ਵੀ ਜਿਹੜੇ SSM ਦੇ ਕੈਂਡੀਡੇਟਸ ਨੇ ਫਿਰ ਉਹੀ ਇੱਕ ਕਾਮਨ ਸਿੰਬਲ ਤੇ ਲੜ ਸਕਦੇ ਨੇ ਜਿਹੜਾ ਤੁਹਾਨੂੰ ਮਿਲੇਗਾ ਰਿਟਰਨਿੰਗ ਆਫਿਸਰ ਵੱਲੋਂ। ਅਸੀਂ ਰਿਕੁਐਸਟ ਕਰਾਂਗੇ ਵੀ ਸਾਨੂੰ ਕਾਮਨ ਦੇ ਦਿਓ, ਕਾਮਨ ਹਰ ਜ਼ਿਲ੍ਹੇ ਦੇ ਵਿੱਚ ਸੇਮ ਮਿਲ ਜਾਵੇ। ਔਰ ਮੋਰਲੀ ਉਹਨਾਂ ਨੂੰ ਚਾਹੀਦਾ ਵੀ ਇਹੀ ਹੈ, ਇਹ ਐਡੀ ਵੱਡੀ ਧੀ 117 ਹਲਕੇ ਦੇ ਖੜੀ ਹੈ, ਇਹਦਾ ਮੋਰਚਾ ਜੀ ਜੀ, ਉਹ ਸਾਨੂੰ ਕਾਮਨ ਦੇ ਦੇਣ ਜੀ। ਜੇ ਜੇ ਉਹ ਬਿਲਕੁਲ ਮੋਰਲ ਗਰਾਊਂਡ ਤੇ ਪਾਰਸ਼ਲ ਹੋ ਕੇ ਸੋਚਣਗੇ ਜੀ ਜੀ, ਜੇ ਇੰਪਾਰਸ਼ਲ ਹੋ ਕੇ ਸੋਚਣਗੇ, ਇੱਕ ਜਿਹੜਾ ਇਹ ਨਹੀਂ ਵੀ, ਹਾਂ ਹੈਲੋ, ਜੇ ਨਹੀਂ ਵੀ ਦੇਣਗੇ ਤਾਂ ਇੰਡੀਪੈਂਡੈਂਟ ਸਿੰਬਲ ਵੀ, ਸਿੰਬਲ ਤਾਂ ਸਿੰਬਲ ਹੈ, ਸਿੰਬਲ ਤਾਂ ਵੀ ਲੜਾਂਗੇ ਅਸੀਂ। ਅਸੀਂ ਪ੍ਰੈਸ ਕਾਨਫਰੰਸ ਕਰਕੇ ਕਹਾਂਗੇ ਵੀ ਇਲੈਕਸ਼ਨ ਕਮਿਸ਼ਨ ਨੇ ਔਰ
ਜਿਹੜੇ ਚੀਫ ਇਲੈਕਟੋਰਲ ਆਫਿਸਰ ਨੇ ਅੜੀਕੇ ਲਾਏ, ਰਿਟਰਨਿੰਗ ਅਫਸਰ ਵੀ ਇਹਨਾਂ ਦੇ ਇਨਫਲੂਐਂਸ ਥੱਲੇ ਨੇ, ਉਹਨਾਂ ਨੇ ਸਾਨੂੰ ਕਾਮਨ ਸਿੰਬਲ ਨਹੀਂ ਦਿੱਤਾ ਹੈ, ਇਸ ਲਈ ਕੋਈ ਗੱਲ ਨੀ, ਡਟੋ ਲੜੋ ਆਪਣੇ ਇੰਡੀਪੈਂਡੈਂਟ ਸਿੰਬਲਸ ਤੇ, ਔਰ ਸਿੰਘ ਸਮਾਜ ਮੋਰਚਾ ਪ੍ਰੈਸ ਕਾਨਫਰੰਸ ਕਰਕੇ ਅਸੀਂ ਆਪਣਾ ਵੱਡਾ ਇਸ਼ਤਿਹਾਰ ਕਰਕੇ ਕਹਾਂਗੇ ਵੀ ਇਹ ਸਾਡੇ ਕੈਂਡੀਡੇਟਸ ਖੜੇ ਨੇ, ਸਾਰੇ ਇਹਨਾਂ ਨੂੰ ਡਟ ਕੇ ਹਮਾਇਤ ਕਰੋ, ਵੋਟਾਂ ਪਾਓ, ਕੋਈ ਐਸੀ ਗੱਲ ਨਹੀਂ ਜੀ। ਪੰਗੂ ਸਾਹਿਬ, ਇੱਕ ਗੁਰਨਾਮ ਸਿੰਘ ਚੜੂਨੀ ਦੀ ਜਿਹੜੀ ਪਾਰਟੀ ਹੈ, ਉਹਨਾਂ ਦਾ ਕੱਪ ਪਲੇਟ ਹੈ ਜਿਹੜਾ ਸਿੰਬਲ, ਉਹਦੇ ਫਿਰ ਤੁਹਾਨੂੰ ਨੀ ਲੱਗਦਾ ਕਿ ਉਹੀ ਲੈ ਲੈਣਾ ਇਸ ਤੋਂ ਬੈਟਰ ਸੀਗਾ, ਅਗਰ ਪਹਿਲਾਂ ਹੀ ਇਹਦੇ ਬਾਰੇ ਕੋਈ ਫੈਸਲਾ ਲਿਆ ਹੁੰਦਾ? ਨਹੀਂ ਜੀ, ਉਹ ਥੋੜਾ ਜਿਹਾ ਟਾਈਮ ਲੰਘ ਗਿਆ ਪਹਿਲਾਂ, ਕਿਉਂਕਿ ਸਾਡਾ ਪ੍ਰੋਸੈਸ ਚੱਲਦਾ ਸੀ ਜੀ ਜੀ ਜੀ, ਕਿਉਂਕਿ ਜੇ ਪਹਿਲਾਂ ਸਾਨੂੰ ਜਵਾਬ ਦੇ ਦਿੰਦੇ ਨਾ 10 ਦਿਨ ਪਹਿਲਾਂ, ਫਿਰ ਕਿਉਂਕਿ ਸਾਡਾ ਤਾਂ ਇੱਕੋ ਹੀ ਧਿਰ ਸੀ, ਕਿਸਾਨ ਹੀ ਅਸੀਂ ਤਾਂ ਇਕੱਠੇ ਲੜ ਰਹੇ ਸੀ, ਬਿਲਕੁਲ ਤੁਸੀਂ ਉਹਨਾਂ ਦੇ ਨਾਲ ਕਾਮਨ ਸਿੰਬਲ ਤੇ ਵੀ ਜਾਇਆ ਜਾ ਸਕਦਾ ਸੀ, ਹੁਣ ਐਟ ਦਾ 11th ਅਵਰ ਉਹ ਵੀ ਨੀ ਹੋ ਸਕਦਾ ਸੀ, ਉਹਦਾ ਪ੍ਰੋਸੈਸ ਬਹੁਤ ਹੈ, ਸਾਰੇ ਨੋਮੀਨੇਸ਼ਨ ਕਰਨ ਲਈ ਸਾਈਨ ਕਰਾਉਣੇ, ਲੈਟਰ ਲੈ ਕੇ ਆਉਣੇ, ਦੈਟ ਵਾਸ ਟੂ ਡਿਫਿਕਲਟ, ਇਸ ਲਈ ਅਸੀਂ ਸੋਚਿਆ ਵੀ ਕੋਈ ਗੱਲ ਨਹੀਂ, ਅਸੀਂ ਹੈ ਤਾਂ ਇਕੱਠੇ ਹੀ ਹਾਂ, ਸਿੰਬਲ ਤਾਂ ਲੋਕ ਹੈ ਜਿਹੜੇ ਜਦੋਂ ਮਨ ਬਣਾ ਲੈਣ ਤਾਂ ਫਿਰ ਉਹ ਸਿੰਬਲ ਪਿਛੜੇ ਜਾਇਆ ਕਰਦੇ, ਉਹ ਇੱਕ ਲਹਿਰ ਨਾਲ ਜਾਂਦੇ ਨੇ, ਜਿਹਦੇ ਖਿਲਾਫ਼ ਵੋਟਾਂ ਪਾਉਣੀਆਂ ਲੋਕ ਪਾ ਰਿਹਾ ਕਰਦੇ ਆ, ਪੰਜਾਬ ਦਾ ਇਹ ਟ੍ਰੈਂਡ ਰਿਹਾ। ਪਰ ਤੁਹਾਨੂੰ ਤੁਹਾਨੂੰ ਲੱਗਦਾ ਵੀ ਕੋਈ ਨਾ ਕੋਈ ਇੰਪੈਕਟ ਜ਼ਰੂਰ ਪਏਗਾ, ਕਿਉਂਕਿ ਜਿਵੇਂ ਤੁਸੀਂ ਜਾਂ ਟਰੈਕਟਰ ਇੱਕ ਅਪਲਾਈ ਕੀਤਾ ਸੀ, ਟਰੈਕਟਰ ਇਕੱਲਾ ਇੱਕ ਇਕੱਲੀ ਟਰਾਲੀ ਸੀ, ਇੱਕ ਟਰੈਕਟਰ ਟਰਾਲੀ ਸੀ, ਵੀ ਜੇ ਇਹਨਾਂ 'ਚੋਂ ਤੁਹਾਨੂੰ ਕੋਈ ਵੀ ਅਲੋਟ ਹੋ ਜਾਂਦਾ ਫਿਰ ਉਹਦਾ ਇੱਕ ਵੱਖਰੀ ਤੁਹਾਡੀ ਪਛਾਣ ਬਣ ਜਾਣੀ ਸੀ ਪਾਰਟੀ ਦੀ, ਕਿਸੇ ਨੂੰ ਬਹੁਤਾ ਸਮਝਾਉਣ ਦੀ ਵੀ ਲੋੜ ਨਹੀਂ ਪੈਣੀ ਸੀ, ਪਰ ਹੁਣ ਇਹਦਾ ਨਾ ਮਿਲਣ ਕਾਰਨ ਇੰਪੈਕਟ ਕਿੰਨਾ ਕੁ ਮੰਨਦੇ ਹੋ ਕਿ ਜਿਹੜਾ ਪਏਗਾ? ਦੇਖੋ, ਜੇ ਉਹ ਹੁੰਦਾ ਤਾਂ ਉਹ ਜ਼ਿਆਦਾ ਹੈਲਪ ਕਰਦਾ ਸੀ ਜੀ ਜੀ ਜੀ, ਇੱਕ ਵੱਡੀ ਲਹਿਰ ਬਣਾਉਣ ਦੇ ਵਿੱਚ, ਪਰ ਮੈਂ ਕਹਿੰਦਾ ਵੀ ਹੁਣ ਲੋਕਾਂ ਦੇ ਵਿੱਚ ਗੁੱਸਾ ਹੋਰ ਵੀ ਵਧੂਗਾ, ਠੀਕ ਹੈ, ਤੇ ਸਾਨੂੰ ਸਾਡੇ ਖਿਲਾਫ਼ ਕਾਨੂੰਨ ਵੀ ਬਣਾਏ ਅਸੀਂ ਲੜਕੇ, ਪਰ ਉਹਨਾਂ ਨੇ ਅਜੇ ਵੀ ਜਿਹੜਾ ਸਾਡੇ ਖਿਲਾਫ਼ ਉਹ ਲੜਾਈ ਛੱਡੀ ਨਹੀਂ ਹੈ ਉਸ ਪਾਰਟੀ ਨੇ, ਇੱਥੇ ਵੀ ਜੇ ਅਸੀਂ ਕਿਸਾਨਾਂ ਦੇ ਵਿੱਚ ਆਏ, ਉਹਨਾਂ ਦੀ ਇੱਛਾ ਮੁਤਾਬਕ, ਉਹਨਾਂ ਦੀਆਂ ਉਮੀਦਾਂ ਅਨੁਸਾਰ, ਤਾਂ ਇੱਥੇ ਵੀ ਸਾਡਾ ਜਿਹੜਾ ਗੇਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਾਨੂੰ ਸਿੰਬਲ ਨਹੀਂ ਮਿਲਦਾ, ਰਜਿਸਟ੍ਰੇਸ਼ਨ ਨਹੀਂ ਕਰਾਈ, ਜਦੋਂ ਲੈ ਕੇ ਗੱਲ ਲੋਕਾਂ ਦੇ ਵਿੱਚ ਜਾ ਰਹੇ ਹਾਂ, ਇਹ ਬੀਜੇਪੀ ਔਰ ਆਮ ਆਦਮੀ ਪਾਰਟੀ ਦੋਵੇਂ ਇੱਕੋ ਇੰਟਰਸਟ ਸਰਵ ਕਰ ਰਹੀਆਂ ਨੇ, ਤਾਂ ਲੋਕ ਸਾਡੇ ਨਾਲ ਖੜ ਰਹੇ ਆ, ਐਕਸਪੋਜ਼ ਹੋ ਰਹੇ ਆ, ਲੋਕਾਂ 'ਚ ਗੁੱਸਾ ਬਲਕਿ ਹੋਰ ਵਧੂਗਾ, ਉਹਨਾਂ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ, ਉਦੋਂ ਤੁਹਾਨੂੰ ਯਾਦ ਹੋਣਾ ਪੱਤਰਕਾਰਾਂ ਦੇ ਬਹੁਤੇ ਸਵਾਲ ਇਹੀ ਸੀਗੇ ਕਿ ਤੁਸੀਂ, ਤੁਹਾਨੂੰ ਨੀ ਲੱਗਦਾ ਕਿ ਤੁਸੀਂ ਦੇਰੀ ਬਹੁਤ ਕਰਤੀ ਹੈਗੀ ਹੈ, ਕਿਉਂਕਿ ਇਲੈਕਸ਼ਨਾਂ ਦੇ ਵਿੱਚ ਦਿਨ ਘੱਟ ਨੇ, ਪ੍ਰੋਸੈਸ ਲੰਬਾ ਹੁੰਦਾ, ਚਾਹੇ ਉਹ ਪਾਰਟੀ ਨੂੰ ਰਜਿਸਟਰ ਕਰਵਾਉਣ ਦਾ ਫਿਰ ਸਿੰਬਲ ਲੈਣ ਦਾ, ਪਰ ਉਦੋਂ ਬਲਵੀਰ ਸਿੰਘ ਰਾਜੇ ਵਾਲੇ ਕਹਿੰਦੇ ਸੀ ਕਿ ਸਾਡੇ ਕੋਲ ਬਹੁਤ ਟਾਈਮ ਹੈ, ਕੋਈ ਇੱਦਾਂ ਦੀ ਗੱਲ ਨਹੀਂ, ਪਰ ਅੱਜ ਲੱਗ ਰਿਹਾ ਕਿ ਜੇ ਪਹਿਲਾਂ ਹੀ ਇਹ ਫੈਸਲਾ ਲਿਆ ਹੁੰਦਾ, ਪਹਿਲਾਂ ਅਨਾਊਂਸਮੈਂਟ ਕਰਕੇ ਕੰਮ ਕਰ ਲੱਗੇ ਹੁੰਦੇ ਤਾਂ ਸ਼ਾਇਦ ਅੱਜ ਤੁਹਾਡੇ ਸਾਰੇ ਕੰਮ ਮੁਕੰਮਲ ਹੋ ਜਾਂਦੇ ਜੀ। ਦੇਖੋ ਜੀ, ਇਸ ਤਰ੍ਹਾਂ ਹੈ ਵੀ ਜਦੋਂ ਤੱਕ ਮੋਰਚਾ ਚੱਲਦਾ ਸੀ, ਉਦੋਂ ਤੱਕ ਤੁਸੀਂ ਜਦੋਂ ਤੱਕ ਮੋਰਚਾ ਜਿੱਤੋ ਨਾ, ਮੋਰਚਾ ਦਿੱਲੀ ਦੇ ਸਰਹੱਦਾਂ ਦੇ ਤੁਸੀਂ ਬੈਠੇ ਹੋ ਨਾ, ਤੁਸੀਂ ਇਲੈਕਸ਼ਨ ਦੀ ਗੱਲ ਨਹੀਂ ਕਰ ਸਕਦੇ, ਜੇ ਤੁਸੀਂ ਮੋਰਚੇ ਨੂੰ ਖਰਾਬ ਕਰ ਰਹੇ ਹੋ। ਸਾਡੀ ਰਣਨੀਤੀ ਸੀ, ਅਸੀਂ ਕਹਿੰਦੇ ਸੀ ਪਹਿਲਾਂ ਮੋਰਚਾ ਜਿੱਤਾਂਗੇ, ਫਿਰ ਪੰਜਾਬ ਜਾ ਕੇ ਪੰਜਾਬ ਦੀ ਗੱਲ ਫੇਰ ਕਰਾਂਗੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਜੀ ਜੀ। ਤਾਂ ਮੋਰਚਾ ਜਿੱਤਣ ਤੋਂ ਬਾਅਦ ਪੰਜਾਬ ਆਏ ਹਾਂ, 25 ਦਸੰਬਰ ਨੂੰ ਅਸੀਂ ਮੋਰਚਾ ਬਣਾ ਲਿਆ ਸਰ, 25 ਦਸੰਬਰ ਨੂੰ ਬਣਾ ਕੇ ਐਲਾਨ ਕੀਤਾ, ਤੇ ਉਸ ਤੋਂ ਬਾਅਦ ਪ੍ਰੋਸੈਸ ਵੀ ਸ਼ੁਰੂ ਕਰਤਾ, ਪਰ ਇਹ ਫਿਰ ਵੀ ਸਫੀਸ਼ੀਐਂਟ ਟਾਈਮ ਸੀ ਸਾਡੇ ਕੋਲ, ਜੇਕਰ ਇਹ ਅੜਿੱਕਾ ਵਿੱਚ ਨਾ ਪਾਉਂਦੀਆਂ ਤਾਂ 10 ਦਿਨ ਦਾ ਹੀ ਪ੍ਰੋਸੈਸ ਹੁੰਦਾ ਹੈ, ਉਹ ਆਬਜੈਕਸ਼ਨ ਨਾ ਰੇਜ਼ ਕਰਦੇ ਤਾਂ ਸਾਡੀ ਰਜਿਸਟ੍ਰੇਸ਼ਨ ਹੋ ਗਈ ਸੀ ਜੀ, ਆਬਜੈਕਸ਼ਨ ਵੀ ਉਹ ਆਬਜੈਕਸ਼ਨ ਸੀ ਜਿਹੜੇ ਆਬਜੈਕਸ਼ਨ ਫਾਰ ਆਬਜੈਕਸ਼ਨ ਸੇਕ ਸੀ, ਉਹ ਬਣਦੇ ਨਹੀਂ ਸੀ ਲੀਗਲੀ, ਉਹਨਾਂ ਨੇ ਲਾ ਤੇ ਉਸ ਕਰਕੇ ਸਾਡਾ ਪ੍ਰੋਸੈਸ ਲੇਟ ਕਰ ਦੇਣਾ ਸੀ ਜੀ, ਭਾਵੇਂ ਅਸੀਂ ਰੀਫਾਈਲ ਵੀ ਕਰਤਾ ਨਾ, ਪਰ ਇੱਕ ਵਾਰੀ ਸਾਨੂੰ ਲੇਟ ਕਰਤਾ, ਉਹ ਟਾਈਮ ਲੰਘਾਤਾ ਉਹਨਾਂ ਨੇ, ਬਿਲਕੁਲ ਬਿਲਕੁਲ, ਇਸ ਲਈ ਇੰਟੈਂਸ਼ਨਲੀ ਕੀਤਾ ਉਹਨਾਂ ਨੇ ਸਾਡੇ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ, ਇਹ ਸਾਰੀ ਉਹਨਾਂ ਦੀ ਪੋਲੀਟੀਕਲ ਮੋਟਿਵ ਸੀ ਪਿੱਛੇ, ਦੋਨਾਂ ਪਾਰਟੀਆਂ ਦਾ ਰੱਖ ਕੇ, ਔਰ ਮੈਂ ਕਹਿੰਦਾ ਵੀ ਪੰਜਾਬ 'ਚ ਇਕੱਠੇ ਉਹ ਮਿਲ ਕੇ ਗੇਮ ਚਲਾ ਰਹੇ ਆ ਬੀਜੇਪੀ ਔਰ ਆਮ ਆਦਮੀ ਪਾਰਟੀ, ਇਹਨਾਂ ਨੂੰ ਲੋਕ ਨਕਾਰਨਗੇ, ਲੋਕ ਮੂੰਹ ਨਹੀਂ ਲਾਉਣਗੇ ਨਾ, ਮੇਰਾ ਕਹਿਣਾ ਇਹ ਜੀ ਜੀ। ਸ਼ੁਕਰੀਆ ਪੰਗੂ ਸਾਹਿਬ, ਬਹੁਤ ਬਹੁਤ ਤੁਹਾਡਾ ਗੱਲ ਕਰਨ ਦੇ ਲਈ, ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀ ਪ੍ਰੇਮ ਸਿੰਘ।